ਤੁਸੀਂ ਸ਼ਰਾਬ ਦੇ ਨਸ਼ੇ 'ਚ ਦੋਸਤਾਂ ਵਿਚਕਾਰ ਹੁੰਦਾ ਲੜਾਈ ਝਗੜਾ ਤਾਂ ਆਮ ਦੇਖਿਆ ਹੋਣਾ, ਜਾਂ ਫਿਰ ਕੋਈ ਪੁਰਾਣੀ ਖਾਰ ਕੱਢਣ ਲਈ ਦੋਸਤ ਨੂੰ ਸ਼ਰਾਬ ਨਾਲ ਟੁੰਨ ਕਰਕੇ ਉਸਨੂੰ ਮਾਰਨ ਜਾਂ ਫਿਰ ਜ਼ਖਮੀ ਕਰਨ ਦੀਆਂ ਖਬਰਾਂ ਵੀ ਆਮ ਹੀ ਦੇਖੀਆਂ ਜਾਂ ਸੁਣੀਆਂ ਹੋਣਗੀਆਂ। ਪਰ ਸ਼ਰਾਬੀ ਦੋਸਤਾਂ ਦੀ ਜੋ ਵੀਡੀਓ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ, ਉਸਨੂੰ ਦੇਖ ਕੇ ਤੁਸੀਂ ਅਜਿਹੇ ਦੋਸਤਾਂ ਨੂੰ ਲਾਣਤਾਂ ਪਾਓਗੇ ਜਿਨ੍ਹਾਂ ਨੇ ਆਪਣੇ ਹੀ ਦੋਸਤ ਨੂੰ ਸ਼ਰਾਬ ਨਾਲ ਟੁੰਨ ਕਰਕੇ ਉਸ ਨਾਲ ਇੰਨਾ ਗੰਦਾ ਕੰਮ ਕੀਤਾ ਜੋ ਅਸੀਂ ਵੀ ਤੁਹਾਨੂੰ ਬਲਰ ਕੀਤੇ ਬਿਨਾਂ ਸ਼ਰੇਆਮ ਨਹੀਂ ਦਿਖਾ ਸਕਦੇ। ਇੱਕ ਵਾਰ ਪਹਿਲਾਂ ਤੁਸੀਂ ਵੀ ਕੋਈ ਦੋਸਤਾਂ ਵੱਲੋਂ ਆਪਣੇ ਜਿਗਰੀ ਯਾਰ ਨਾਲ ਕੀਤੇ ਗੰਦੇ ਕੰਮ ਦੀ ਇਹ ਵੀਡੀਓ ਦੇਖ ਲਓ ਜੋ ਉਹਨਾਂ ਨੇ ਆਪਣੇ ਹੀ ਮੋਬਾਈਲ ਨਾਲ ਬਣਾਈ ਅਤੇ ਫਿਰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਫਿਰ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਇਹ ਪੂਰਾ ਮਾਮਲਾ ਕੀ ਹੈ ਅਤੇ ਕਿੱਥੋਂ ਦਾ ਹੈ। ਜਾਣਕਾਰੀ ਮੁਤਾਬਕ ਇਹ ਵੀਡੀਓ ਅੰਮ੍ਰਿਤਸਰ ਦੀ ਹੈ ਅਤੇ ਦੋਸਤਾਂ ਦੀ ਹਵਸ ਦਾ ਸ਼ਿਕਾਰ ਹੋਏ ਪੀੜਤ ਨੌਜਵਾਨ ਦੇ ਪਿਤਾ ਅਤੇ ਪੀੜਤ ਸਾਜਨ ਮੁਤਾਬਕ ਉਹ ਆਪਣੇ ਦੋਸਤ ਦੇ ਘਰ ਗਿਆ ਸੀ ਜਿੱਥੇ ਉਸਨੂੰ ਦੋਸਤਾਂ ਨੇ ਸ਼ਰਾਬ 'ਚ ਮਿਲਾ ਕੇ ਅਜਿਹੀ ਚੀਜ਼ ਪਿਲਾਈ ਜਿਸ ਨਾਲ ਉਹ ਬੇਹੋਸ਼ ਹੋ ਗਿਆ ਅਤੇ ਉਸਦੇ ਤਿੰਨ ਦੋਸਤਾਂ ਰਮਨ, ਗਿਆਨੀ ਅਤੇ ਨੋਨਾ ਨੇ ਉਸ ਨਾਲ ਗਲਤ ਕੰਮ ਕੀਤਾ। ਪੀੜਤ ਸਾਜਨ ਨੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਰਮੇਸ਼ ਕੁਮਾਰ 'ਤੇ ਵੀ ਧੱਕੇ ਨਾਲ ਰਾਜ਼ੀਨਾਮਾ ਕਰਨ ਲਈ ਮਜਬੂਰ ਕਰਨ ਦੇ ਦੋਸ਼ ਲਾਏ ਨੇ। ਇਹ ਮੈਂ ਵੇਖੇ ਕਿ ਨਾ ਮੈਨੂੰ 3-4 ਦਿਨ ਤੋਂ ਬਾਅਦ ਪਤਾ ਲੱਗਾ ਕਿ ਇਹ ਗੱਲ ਹੋਈ ਆ। ਇਹਦੀਆਂ ਕਹਿੰਦੇ ਫੋਟੋਆਂ ਜਿਹੜੀਆਂ ਮੈਂ ਮਤਲਬ ਨੰਗੀਆਂ ਪਾਈਆਂ ਨੇ ਅਤੇ ਮੈਂ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ। ਇਹ ਕਹਿੰਦਾ ਨਹੀਂ ਵੇਖੋ, ਇਹ ਕਹਿੰਦਾ ਇੱਕ ਦਿਨ ਇੱਥੇ ਰੋਣ ਲੱਗ ਪਿਆ ਆਣ ਕੇ, ਮੈਂ ਗੱਡੀ ਥੱਲੇ ਮਰ ਜਾਣਾ, ਫਲਾਣ ਕਰ ਦੇਣਾ, ਢੀਂਗ ਕਰ ਦੇਣਾ। ਅਤੇ ਮੈਂ ਫਿਰ ਤੂੰ ਕੰਪਲੇਂਟ ਲਿਖਾਈ ਹੈ ਅਤੇ ਸੁਣਦੀ ਸੁਣਾਈ ਕਿਉਂ ਨਹੀਂ ਹੁੰਦੀ ਪਈ, ਕੀ ਗੱਲ ਹੈ? ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਰਾਜ਼ੀਨਾਮਾ ਕਰ ਲਓ, ਇਸ ਤਰ੍ਹਾਂ ਕਰ ਲਓ, ਉਹ ਕਰ ਲਓ। ਅਸੀਂ ਨਹੀਂ ਪੈਸਾ ਨਹੀਂ ਮੰਗਦੇ, ਇਹ ਕਹਿੰਦੇ ਸਾਡਾ ਇਨਸਾਫ਼ ਹੋਣਾ ਚਾਹੀਦਾ। ਹਾਂਜੀ, 13 ਤਰੀਕ ਨੂੰ ਨਾ ਜਦ ਦੋਸਤ ਘਰ ਗਿਆ ਮੈਂ, ਢਪਾਈ ਫਾਟਕ ਲੱਗੇ, ਉਹਨਾਂ ਨੇ ਪੈੱਗ ਪੁੱਗ ਲਵਾ ਕੇ ਨਾ ਫੰਕਸ਼ਨ 'ਤੇ ਗਿਆ ਸੀ, ਉਹਨਾਂ ਵਿੱਚ ਮਿਲਾ ਕੇ ਕੁਛ ਦੇ ਦਿੱਤਾ, ਇਸ ਤਰ੍ਹਾਂ ਮੇਰੇ ਨਾਲ ਗੰਦੀ ਹਰਕਤ ਨਾਲ ਕੀਤੀ। ਦਰਗਾਸ ਲਿਖਾਈ ਨਾਲੇ ਉਹ ਕੰਪਲੀਟ, ਰੋਜ਼ ਹੀ ਜਾਈਦਾ, ਕਹਿੰਦੇ ਕੱਲ੍ਹ ਆਇਓ, ਪਰਸੋਂ ਆਇਓ, ਰਾਈ ਰਾਮਾ ਕਰ ਲਓ, 100,000 ਰੁਪਇਆ, 50,000, ਪੁਲਿਸ ਕਹਿੰਦੇ ਸਾਡਾ 50,000 ਤੇਰਾ, ਨਹੀਂ ਤਾਂ ਤੈਨੂੰ ਉਹ ਕਰ ਦਾਂਗੇ। ਥਾਣੇ ਜਾਂਦਾ ਨਾ ਮੈਂ ਕੰਪਲੀਟ ਲਿਖਾਈ, ਉਹ ਮੈਨੂੰ ਕਹਿੰਦੇ ਤੈਨੂੰ ਉਹ ਕਰ ਦਾਂਗੇ, ਗੋਲੀਆਂ ਮਾਰ ਦਾਂਗੇ, ਇਸ ਤਰ੍ਹਾਂ ਕਰ ਦਾਂਗੇ। ਨਹੀਂ ਤੁਹਾਨੂੰ ਪਤਾ ਕਿਤੇ ਲੱਗਿਆ ਤੁਹਾਡੇ ਨਾਲ ਗਲਤ ਕੰਮ? ਵਾਇਰਸ ਹੋਈ ਨਾ, ਵੀਡੀਓ ਵਾਇਰਸ ਹੋਈ। ਹਾਂ, ਇਸ ਤਰ੍ਹਾਂ ਫਿਰ ਮੈਂ ਦੇਖੀ, ਸਾਰੇ ਬੰਨੇ ਮੈਨੂੰ ਲੋਕ ਦੱਸਦੇ ਨਾ, ਮੰਗ ਉਹਨਾਂ ਨੂੰ ਜੋ ਵੀ ਦੋਸ਼ੀ ਜਿਨ੍ਹਾਂ ਨੇ ਕੀਤਾ, 3 ਜਣੇ ਹੈਗੇ, ਰਮਨ, ਗਿਆਨੀ ਅਤੇ ਨੋਨਾ, ਢਪਾਈ ਫਾਟਕ ਦੇ ਲੈਂਦੇ। ਕਿੱਥੋਂ ਦੇ ਰਹਿਣ ਵਾਲੇ? ਢਪਾਈ ਫਾਟਕ ਦੇ ਇੱਕ ਹੱਥਾਂ ਨੰਬਰ 69 'ਚ ਰਹਿਣ ਵਾਲਾ, ਦੋ ਧੰਨੇ ਦੇ ਬੰਦੇ ਲੱਗੇ ਰਹਿਣ ਦੇ, 3 ਜਣੇ ਹੈਗੇ ਦੋਸ਼ੀ। ਹਾਂਜੀ, ਵੀਡੀਓ ਬਣਾ ਕੇ ਨਾਲੇ ਅੱਗੇ ਵਾਇਲਟ ਕਰਤੀ ਨਾ। ਹਾਂਜੀ, ਕੰਪਲੇਂਟ 13 ਤਰੀਕ ਦੀ ਦਿੱਤੀ ਹੈ, ਕੋਈ ਸੁਣਾਈ ਨਹੀਂ ਆਉਂਦੀ। ਪੁਲਿਸ ਕੀ ਕਹਿੰਦੀ ਤੁਹਾਨੂੰ? ਪੁਲਿਸ ਕਹਿੰਦੇ, ਪੁਲਿਸ ਤੰਗ ਕਰਦੀ, ਪੁਲਿਸ ਵੀ ਤੰਗ ਕਰਦੀ ਹੈ। ਹਾਂਜੀ, ਕਹਿੰਦੇ ਰਾਜੀ ਰਾਮਾ ਕਰ ਲਾ, ਨਹੀਂ ਤਾਂ ਉਹ ਪਰਚੇ ਕਰਾ ਲਾਂਗੇ, ਇਸ ਤਰ੍ਹਾਂ ਬਲੈਕਮੇਲ ਕਰਦੇ ਆ। ਇਸ ਤਰ੍ਹਾਂ ਹੀ ਸਰ ਜੀ, ਮੈਂ ਰੋਜ਼ ਹੀ ਜਾਂਦਾ, ਕੋਈ ਸੁਣਾਈ ਨਹੀਂ ਹੋ ਰਹੀ। ਕਹਿੰਦੇ 100,000 ਰੁਪਇਆ, 50,000 ਤੁਹਾਡਾ, 50,000 ਸਾਡਾ। ਰਮੇਸ਼ ਕੁਮਾਰ। ਉੱਧਰ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਦੇ ਆਧਾਰ 'ਤੇ ਮੁਲਜ਼ਮਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਸਾਜਨ ਸਨ ਔਫ ਡੈਮਗੰਜ ਹਰੀਪੁਰੇ ਦਾ ਰਹਿਣ ਵਾਲਾ ਹੈ, ਇਹਨੇ ਆਪਣੀ ਵੀਡੀਓ ਵਾਇਰਲ, ਦੋਸਤ ਆ ਇਹਦੇ, ਦੋਸਤ ਨੇ ਰਮਨ, ਗਿਆਨੀ ਅਤੇ ਨੋਨਾ, ਇਹਦੇ ਸੰਬੰਧ 'ਚ ਵੀਡੀਓ ਵਾਇਰਲ ਹੋਣ ਸੰਬੰਧੀ ਦਰਖਾਸਤ ਦਿੱਤੀ ਹੈ, ਜਿਹਦੀ ਪੜਤਾਲ ਕਰ ਰਹੇ ਹਾਂ। ਵੈਰੀਫਾਈ ਦੇ ਜੋ ਅਕੋਰਡਿੰਗ ਜੋ ਹਾਲਾਤ ਹੋਣਗੇ ਉਹਦੇ ਸੰਬੰਧ ਵਿੱਚ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ। ਸੱਚੇ ਦੋਸਤ ਉਹ ਮੰਨੇ ਜਾਂਦੇ ਨੇ ਜੋ ਹਰ ਚੰਗੇ ਮਾੜੇ ਸਮੇਂ 'ਚ ਸਾਥ ਦੇਣ ਲਈ ਤਿਆਰ ਰਹਿਣ, ਪਰ ਜੋ ਇਹਨਾਂ ਤਿੰਨ ਦੋਸਤਾਂ ਨੇ ਆਪਣੇ ਜਿਗਰੀ ਯਾਰ ਨਾਲ ਕੀਤਾ,
ਉਸ ਗੰਦੇ ਕੰਮ ਨੇ ਦੋਸਤੀ ਜਿਹੇ ਪਵਿੱਤਰ ਸ਼ਬਦ ਨੂੰ ਲਾਜ ਲਾ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ 'ਚ ਮੁਲਜ਼ਮਾਂ 'ਤੇ ਕਿੰਨੀ ਜਲਦੀ ਕਾਰਵਾਈ ਕਰਦੀ ਹੈ, ਜਾਂ ਫਿਰ ਪੀੜਤ ਦੇ ਦੋਸ਼ ਸੱਚ ਸਾਬਤ ਹੋਣਗੇ ਅਤੇ ਪੁਲਿਸ ਵਾਲੇ ਮੁਲਜ਼ਮਾਂ ਵੱਲੋਂ ਲਈ ਗਈ ਰਕਮ ਪੀੜਤ ਨਾਲ ਅੱਧੋ ਅੱਧੀ ਕਰਕੇ ਰਾਜ਼ੀਨਾਮਾ ਕਰਵਾਉਣ 'ਚ ਸਫਲ ਹੋ ਜਾਣਗੇ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ। ਸੰਪਰਕ ਕਰੋ 98879065612।